ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਨਵੇਂ ਸ਼ਹਿਰ ਵਿੱਚ ਇੱਕ ਜੁੰਡਲੀ ਵੱਲੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਪੁਤਲਾ ਫੂਕਿਆ ਗਿਆ। ਉਸ ਪੁਤਲੇ ਫੂਕਣ ਦੇ ਵਿੱਚ ਇੱਕ ਸ਼ਖਸ ਨੇ ਬੜਾ ਜ਼ੋਰ ਜ਼ੋਰ ਕਰਲਾ ਕੇ ਇੱਕ ਗੱਲ ਕਹੀ ਹੈ ਕਿ ਜਿਹੜਾ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਦਸਤਾਰ ਲਾ ਕੇ ਲਿਆਵੇਗਾ ਉਹਨੂੰ 5 ਲੱਖ ਰੁਪਇਆ ਇਨਾਮ ਦੇਵਾਂਗੇ। ਮੈਂ ਇਸ ਵੀਰ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਇੱਕ ਤਾਂ ਤੂੰ ਕਿਸੇ ਦਾ ਧੀ ਪੁੱਤਰ ਜੋ ਬਲੀ ਚੜਾਵੇਗਾ ਲਾਲਚ ਦੇ ਕੇ, ਇੱਕ 5 ਲੱਖ ਰੁਪਇਆ ਗਵਾਏਗਾ, ਅਸੀਂ ਤੈਨੂੰ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਨਾਲ ਬਿਠਾ ਦਿੰਦੇ ਹਾਂ। ਜੇ ਤੇਰੇ 'ਚ ਹਿੰਮਤ ਹੈਗੀ ਹੈ ਤਾਂ ਤੂੰ ਖੁਦ ਸਰਦਾਰ ਸਿਮਰਨਜੀਤ ਸਿੰਘ ਮਾਨ ਨਾਲ ਨਜਿੱਠ ਕੇ ਵੇਖ ਲਈ ਉੱਥੇ, ਉਹਨਾਂ ਤੂੰ ਦਸਤਾਰ ਵੱਲ ਦੀ ਗੱਲ ਕਰਦਾ ਹੈ ਨਾ, ਤੂੰ ਉਹਨਾਂ ਦੀ ਅੱਖ ਚੱਖ ਪਾ ਕੇ ਗੱਲ ਕਰ ਲਵੀਂ ਤੇ ਬੜੀ ਵੱਡੀ ਤੇਰੇ ਵਾਸਤੇ ਇੱਕ ਪ੍ਰਾਪਤੀ ਹੋਵੇਗੀ। ਬੇਸ਼ੱਕ ਸਾਡੇ ਸਿਆਸੀ ਵਖਰੇਵੇ ਸਿੱਖਾਂ ਦੇ ਲੱਖ ਹੋਣ, ਬੇਸ਼ੱਕ ਸਾਡੇ ਧਾਰਮਿਕ ਤੌਰ ਤੇ ਕਈ ਏਜੰਡੇ ਲੱਖ ਲੱਖ ਹੋਣ, ਪਰ ਇਹਦਾ ਇਹ ਮਤਲਬ ਨਹੀਂ ਕਿ ਪੰਜਾਬ ਦੀ ਧਰਤੀ ਜਿੱਥੇ ਖਾਲਸੇ ਦਾ ਜਨਮ ਹੋਇਆ ਹੋਵੇ ਉੱਥੇ ਸਿੱਖਾਂ ਦੀਆਂ ਦਸਤਾਰਾਂ ਦੇ ਮੁੱਲ ਪੈਣ। ਇਹ ਜਕਰੀਆ ਖਾਨ ਵੇਲੇ ਸਿੱਖਾਂ ਦੇ ਮੁੱਲ ਪਏ ਸੀ, ਚਾਹੇ ਬਿਰਤੇ ਬੁੱਚੜ ਦੀ ਸਰਕਾਰ ਵੇਲੇ ਪਏ ਸੀ। ਸ਼ਰਮ ਆਉਣੀ ਚਾਹੀਦੀ ਹੈ ਭਗਵੰਤ ਮਾਨ ਦੀ ਸਰਕਾਰ ਨੂੰ ਕਿ ਤੇਰੀ ਸਰਕਾਰ 'ਚ ਨਕਲੀ ਇਨਕਲਾਬੀ ਜਿਹੜੇ ਆ ਅੱਜ ਸਿੱਖਾਂ ਦੀਆਂ ਦਸਤਾਰਾਂ ਲਾਉਣ ਦੇ ਮੁੱਲ ਪਾਉਣ ਲੱਗ ਪਏ ਆ। ਅਤੇ ਸ਼ਰਮ ਆਉਣੀ ਚਾਹੀਦੀ ਹੈ ਸਾਡੇ ਉਹ ਸਿੱਖ ਭਾਈਚਾਰੇ ਨੂੰ ਜਿਹੜੇ ਇਹਨਾਂ ਗੱਲਾਂ ਬਰਦਾਸ਼ਤ ਕਰਕੇ ਅਤੇ ਤਾੜੀਆਂ ਮਾਰ ਮਾਰ ਕੇ ਹੱਸਦੇ ਆ। ਮੈਂ ਸਰਦਾਰ ਸਿਮਰਨਜੀਤ ਸਿੰਘ ਪਾਰਟੀ ਦਾ ਮੈਂਬਰ ਨਹੀਂ ਹੈਗਾ, ਪਰ ਇਹ ਗੱਲ ਜਦੋਂ ਇੱਕ ਸਿੱਖ ਹੋਣ ਦੇ ਨਾਤੇ ਇਹ ਗੱਲ ਮੇਰੇ ਨਾਲ ਵੀਰਾਂ ਨੂੰ ਦੱਸਣਾ ਚਾਹੁੰਦਾ ਕਿ ਕਿਤੇ ਭੁਲੇਖੇ ਵਿੱਚ ਨਾ ਰਹੋ। ਤੂੰ ਵੀਰ ਮੇਰੇ ਆ ਕਿਸੇ ਨੂੰ ਕਹਿਣ ਤੂੰ ਭੇਜਦਾ ਪਿਆ, ਤੂੰ ਕਹਿੰਦਾ ਮੈਂ ਜੱਟ ਹੈ, ਜੇ ਤੂੰ ਅਸਲੀ ਜੱਟ ਦਾ ਪੁੱਤ ਹੈ ਤੇ ਆ ਤੈਨੂੰ ਸਿੱਧਾ ਸਿਮਰਨਜੀਤ ਸਿੰਘ ਮਾਨ ਨਾਲ ਮਿਲਾਉਣੇ ਆ, ਤੂੰ ਦਸਤਾਰ ਲਾਉਣ ਦੀ ਗੱਲ ਕਰਨਾ, ਤੂੰ ਉਹਦੇ ਕੋਲ ਬਹਿ ਕੇ ਉਹਦੇ ਕਿ ਉਹਦੇ ਨਾਲ ਗੱਲਬਾਤ ਹੀ ਕਰਨ ਜੋਗਾ ਹੋ ਜੇ, ਇੰਨੀ ਬੜੀ ਵੱਡੀ ਗੱਲ ਹੈ। ਅਸੀਂ ਮੰਨ ਲਾਂਗੇ ਵਾਕਿਆ ਤੇਰੇ 'ਚ ਕੋਈ ਦਮ ਹੈ, ਤੇਰੇ 'ਚ ਕੋਈ ਤੱਤ ਹੈਗਾ। ਇਹੋ ਜਿਹੇ ਜਿਹੜੇ ਬੰਦੇ ਨੇ ਇਹ ਭਗਵੰਤ ਮਾਨ ਸਰਕਾਰ ਨੂੰ ਚਾਹੀਦਾ ਤੁਰੰਤ ਇਹਨਾਂ ਦੇ ਖਿਲਾਫ਼ ਕੇਸ ਦਰਜ ਕਰੋ। ਇੱਕ ਬੜੀ ਵੱਡੀ ਧਮਕੀ ਹੈ, ਸਿੱਖ ਦੀ ਦਸਤਾਰ ਲਾਉਣੀ ਸਿੱਖ ਦਾ ਸਿਰ ਲਾਉਣ ਦੇ ਬਰਾਬਰ ਦਾ ਮੁੱਲ ਹੈ, ਇਹ ਕੋਈ ਨਿੱਕੀ ਦੀ ਗੱਲ ਨਹੀਂ। ਦਸਤਾਰਾਂ ਐਵੇਂ ਨਹੀਂ ਸਿੱਖਾਂ ਨੂੰ ਮਿਲ ਗਈਆਂ, ਪਰ ਤੁਸੀਂ ਕੀ ਜਾਣੋ, ਤੁਸੀਂ ਤਾਂ ਆਪ ਜਿਹੜੇ ਇਹ ਲੋਕ ਨਕਲੀ ਇਨਕਲਾਬੀ ਬਣੇ ਹੋਏ ਨੇ, ਇਹ ਹਮੇਸ਼ਾ ਹੀ ਇਹੋ ਜਿਹੀ ਵਿਚਾਰਧਾਰਾ ਨਾਲ ਜੁੜੇ ਰਹਿਣਗੇ ਤੇ ਇਹੋ ਜਿਹੀ ਵਿਚਾਰਧਾਰਾ ਪ੍ਰਗਟਾ ਕੇ ਸਿੱਖਾਂ ਨੂੰ ਬਦਨਾਮ ਕਰਨ ਦੀ ਇੱਕ ਬੜੀ ਵੱਡੀ ਕੋਸ਼ਿਸ਼ ਜਾਰੀ ਹੈ। ਸੋ ਬੇਨਤੀ ਕਰਦੇ ਹਾਂ ਕਿ ਇਹਨਾਂ ਦੇ ਖਿਲਾਫ਼ ਤੁਰੰਤ ਕਾਰਵਾਈ ਹੋਵੇ। ਜੇ ਸਾਡੀ ਬੇਨਤੀ ਕਿਤੇ ਵੀਰ ਸੁਣਦਾ ਹੋਵੇ, ਜਦੋਂ ਮਰਜ਼ੀ ਜਿਹੜਾ ਮਰਜ਼ੀ ਟਾਈਮ ਲੈ ਕੇ ਆ ਜੇ, ਅਸੀਂ ਸਰਦਾਰ ਸਿਮਰਨਜੀਤ ਸਿੰਘ ਨੂੰ ਮਨਾ ਦੇਵਾਂਗੇ। ਉੱਥੇ ਜਿਹੜਾ ਕੋਈ ਕਾਰਵਾਈ ਕਰਨੀ ਚਾਹੁੰਦਾ ਖੁਦ ਆਪ ਕਰੇ, ਜੇ ਮਰਦ ਦਾ ਪੁੱਤ ਹੈ ਤਾਂ।